8ਵੀਂ ਜਮਾਤ ਦੇ ਵਿਦਿਆਰਥੀ ਉਹਨਾਂ ਨੂੰ ਪੜਾਉਣ ਵਾਲੇ ਬਹੁਤ ਹੀ ਮਾਣਯੋਗ ਅਧਿਆਪਕ ਸਾਥੀ ਤੁਹਾਡਾ ਸਾਰਿਆਂ ਦਾ ਮੈਂ ਤੇਜਿੰਦਰ ਸਿੰਘ ਲੈਕਚਰਰ ਜੀਓਗ੍ਰਾਫੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਤਾ ਕਲਾ ਐਜੂਸਾਈਡ ਦੇ ਇਸ ਸਟੂਡੀਓ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਮੇਰੇ ਵੱਲੋਂ ਮੇਰੇ ਸਾਰੇ ਪਿਆਰੇ ਬੱਚਿਆਂ ਨੂੰ ਔਰ ਮੇਰੇ ਰਿਸਪੈਕਟਡ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਾ ਟੌਪਿਕ ਜਿਹੜਾ ਤੁਹਾਡੇ ਨਾਲ ਮੈਂ ਡਿਸਕਸ ਕਰਨ ਜਾ ਰਿਹਾ ਹਾਂ ਉਹ ਹੈ 8ਵੀਂ ਜਮਾਤ ਦਾ ਟੌਪਿਕ ਕੁਦਰਤੀ ਸਾਧਨ ਜਿੰਨਾ ਵੀ ਸਮਾਂ ਇਸ ਲੈਕਚਰ ਦੇ ਵਿੱਚ ਮਿਲ ਲੇਗਾ ਕੋਸ਼ਿਸ਼ ਕਰੋ ਕਿ ਉਹਨੂੰ ਧਿਆਨ ਨਾਲ ਸੁਣਨ ਦੀ ਸਮਝਣ ਦੀ ਕੋਸ਼ਿਸ਼ ਕਰੋ ਔਰ ਕਾਪੀਆਂ ਦੇ ਉੱਪਰ ਨੋਟ ਵੀ ਜ਼ਰੂਰ ਕਰੋ ਕੁਦਰਤੀ ਸਾਧਨ ਹੁੰਦੇ ਕੀ ਹੈ ਬੇਟਾ ਜਿਹੜੇ ਸੋਮੇ ਹਨ ਸਾਧਨੀਆਂ ਸੋਮੇ ਉਹ ਕੋਈ ਵੀ ਐਸੀ ਵਸਤੂ ਹੋ ਸਕਦੀ ਹੈ ਜੋ ਸਾਡੇ ਉਦੇਸ਼ ਨੂੰ ਪੂਰਾ ਕਰਨ 'ਚ ਕਾਮਯਾਬ ਹੁੰਦੀ ਹੈ ਕੋਈ ਵੀ ਕੁਦਰਤੀ ਜਾਂ ਮਨੁੱਖ ਨਿਰਮਿਤ ਵਸਤੂ ਜਿਹੜੀ ਮਨੁੱਖ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦੀ ਹੈ ਉਹਨੂੰ ਅਸੀਂ ਸਾਧਨੀਆਂ ਸਮਾ ਕਹਿੰਦੇ ਹਾਂ ਸੋ ਇਹ ਗੱਲ ਨੋਟ ਕਰਨ ਵਾਲੀ ਬੜੀ ਜ਼ਰੂਰੀ ਹੈ ਕੁਦਰਤੀ ਸਾਧਨ ਕਿਹੜੇ ਹੁੰਦੇ ਆ ਕੁਦਰਤੀ ਸਾਧਨ ਉਹ ਸਾਧਨ ਹੁੰਦੇ ਹਨ ਜਿਹੜੇ ਪਰਮਾਤਮਾ ਨੇ ਸਾਨੂੰ ਬਖਸ਼ੇ ਹੋਇਆ ਇਹ ਜ਼ਮੀਨ ਪਾਣੀ ਪਹਾੜ ਨਦੀਆਂ ਮਿੱਟੀ ਜੰਗਲ ਔਰ ਜੀਵ ਜੰਤੂ ਇਹ ਪ੍ਰਿਥਵੀ ਦਾ ਜਿਹੜਾ ਹੈ ਅਹਿਮ ਹਿੱਸਾ ਹਨ ਔਰ ਇਹ ਕੁਦਰਤੀ ਰੂਪ ਦੇ ਵਿੱਚ ਕੁਦਰਤੀ ਤੌਰ ਤੇ ਜਦੋਂ ਤੋਂ ਪ੍ਰਿਥਵੀ ਜਿਹੜੀ ਹੈ ਉਹਦੇ ਵਿੱਚ ਜੀਵਨ ਆਇਆ ਹੈ ਉਦੋਂ ਤੋਂ ਇੱਥੇ ਐਗਜ਼ਿਸਟ ਕਰ ਰਿਹਾ ਹੈਗੇ ਆ ਸੋ ਇਹ ਕੁਦਰਤੀ ਸਾਧਨ ਕਿਸੇ ਵੀ ਦੇਸ਼ ਦੀ ਜਿਹੜੀ ਅਰਥ ਵਿਵਸਥਾ ਹੈ ਇਕਨੋਮੀ ਹੈ ਉਹਦੀ ਬੈਕਬੋਨ ਹੁੰਦੇ ਹਨ ਰੀੜ ਦੀ ਹੱਡੀ ਹੁੰਦੀ ਹਨ ਬਹੁਤ ਜ਼ਰੂਰੀ ਹੁੰਦੇ ਹਨ ਕੁਦਰਤੀ ਸਾਧਨਾਂ ਦੀਆਂ ਕਿਸਮਾਂ ਜਿਹੜੀਆਂ 8ਵੀਂ ਜਮਾਤ ਦੇ ਸਿਲੇਬਸ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ ਉਦੇ ਵਿੱਚ ਤੁਹਾਡੇ ਲੈਂਡ ਰਿਸੋਰਸਸ ਭੂਮੀ ਸਾਧਨ ਮਿੱਟੀਆਂ ਪਾਣੀ ਕੁਦਰਤੀ ਬਨਸਪਤੀ ਜੰਗਲੀ ਜੀਵ ਖਣਿਜ ਅਤੇ ਸ਼ਕਤੀ ਸਾਧਨ ਜਾਂ ਮਿਨਰਲਸ ਐਂਡ એનર્ਜੀ ਰਿਸੋਰਸਸ ਇਹ ਤਸਵੀਰਾਂ ਵੀ ਤੁਸੀਂ ਜਿਹੜੀਆਂ ਇਸ ਵਕਤ ਆਪਣੇ ਸਕਰੀਨ ਤੇ ਦੇਖ ਰਹੇ ਹੋ ਉਹਦੇ ਵਿੱਚ ਤੁਸੀਂ ਦੇਖੋ ਮਿੱਟੀ ਪਾਣੀ ਜੰਗਲ ਜੀਵ ਜੰਤੂ ਔਰ ਤੁਹਾਡੇ ਢੇਢ ਖਣਿਜ ਉਹ ਤੁਹਾਡੇ ਸਾਹਮਣੇ ਆ ਰਹੇ ਹਨ ਸਭ ਤੋਂ ਪਹਿਲਾਂ ਆਪਾਂ ਭੂਮੀ ਸਾਰਨਾ ਬਾਰੇ ਗੱਲ ਕਰਦੇ ਹਾਂ ਕਿ ਇਨਸਾਨ ਦੇ ਜੀਣ ਵਾਸਤੇ ਸਭ ਤੋਂ ਜ਼ਰੂਰੀ ਜਿਹੜੀਆਂ ਚੀਜ਼ਾਂ ਹਨ ਉਹ ਹੈ ਭੋਜਨ ਪਾਣੀ ਤੇ ਸਾਫ਼ ਹਵਾ ਔਰ ਜਿੰਨਾ ਵੀ ਖਾਣਾ ਅਸੀਂ ਖਾਂਦੇ ਹਾਂ ਚਾਹੇ ਉਹ ਕਣਕ ਦੀ ਰੋਟੀ ਖਾਈਏ ਚਾਵਲ ਖਾਈਏ ਸਬਜ਼ੀਆਂ ਖਾਈਏ ਉਹ ਸਾਰਾ ਕੁਝ ਮਿੱਟੀ ਦੇ ਵਿੱਚ ਹੀ ਪੈਦਾ ਹੁੰਦਾ ਹੈ ਸਾਡੀ ਧਰਤੀ ਦਾ 29% ਹਿੱਸਾ ਜਿਹੜਾ ਹੈ ਉਹ ਜ਼ਮੀਨ ਹੈ ਲੈਂਡ ਹੈ ਕੰਟੀਨੈਂਟਸ ਦੇ ਉੱਪਰ ਔਰ 71% 71% ਜਿਹੜਾ ਹਿੱਸਾ ਹੈ ਸਾਡਾ ਉਹ ਪਾਣੀ ਹੈ ਸਮੁੰਦਰਾਂ ਦੇ ਰੂਪ ਵਿੱਚ ਦਰਿਆਵਾਂ ਦੇ ਰੂਪ ਵਿੱਚ ਨਦੀਆਂ ਦੇ ਰੂਪ ਵਿੱਚ ਝੀਲਾਂ ਦੇ ਰੂਪ ਵਿੱਚ ਤੇ ਜ਼ਮੀਨ ਨੂੰ ਭੂਮੀ ਨੂੰ ਅੱਗੇ ਅਸੀਂ ਫਰਦਰ ਜਿਹੜਾ ਹੈ ਉਹ ਵੰਡਦੇ ਹਾਂ ਤਿੰਨਾਂ ਭਾਗਾਂ 'ਚ ਪਹਾੜ ਪਠਾਰ ਤੇ ਮੈਦਾਨ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਪਹਾੜਾਂ ਬਾਰੇ ਗਰਮੀਆਂ ਦੀਆਂ ਛੁੱਟੀਆਂ ਆਉਣ ਵਾਲੀਆਂ ਸਾਰੇ ਸਾਰੇ ਬੱਚੇ ਅਧਿਆਪਕ ਸਾਥੀ ਵੀ ਬੜੇ ਸ਼ੌਕੀਨ ਹੁੰਦੇ ਹਨ ਕਿ ਗਰਮੀਆਂ ਦੀਆਂ ਛੁੱਟੀਆਂ 'ਚ ਅਸੀਂ ਕਿਸੇ ਠੰਡੇ ਇਲਾਕੇ 'ਚ ਕਿਸੇ ਪਹਾੜੀ ਥਾਂ ਤੇ ਜਾ ਕੇ ਆਈਏ ਸਾਨੂੰ ਬੜੇ ਖੂਬਸੂਰਤ ਲੱਗਦੇ ਹਨ ਸੋ ਸਾਡੀ ਇਕੋਸਿਸਟਮ ਦੇ ਵਿੱਚ ਪਾਰਿਸਥਿਤਿਕ ਤੰਤਰ ਦੇ ਵਿੱਚ ਪਹਾੜਾਂ ਦਾ ਬੜਾ ਅਹਿਮ ਯੋਗਦਾਨ ਹੈ ਸਾਡੇ ਭਾਰਤ ਦਾ 30% ਹਿੱਸਾ ਜਿਹੜਾ ਹੈ ਉਹ ਪਹਾੜੀ ਹੈ। ਪਹਾੜਾ ਨੂੰ ਸਾਰਨਾ ਦਾ ਭੰਡਾਰ ਵੀ ਕਹਿੰਦੇ ਆ ਕਿਉਂਕਿ ਪਹਾੜਾਾਂ ਦੇ ਉੱਪਰ ਜਿਹੜੇ ਗਲੇਸ਼ੀਅਰ ਹੈ ਉਹਨਾਂ ਦੇ ਪਿਗਲਣ ਨਾਲ ਹੀ ਨਦੀਆਂ ਦੇ ਵਿੱਚ ਪਾਣੀ ਜਿਹੜਾ ਹੈ ਉਹ ਆਉਂਦਾ ਹੈ। ਪਹਾੜਾਾਂ ਤੋਂ ਸਾਨੂੰ ਜੰਗਲਾਂ ਦੀਆਂ ਬਣੀਆਂ ਵਸਤੂਆਂ ਲੱਕੜ ਜਾਂ ਹੋਰ ਸਮਾਨ ਜਿਹੜਾ ਹੈ ਅੱਗੇ ਆਪਾਂ ਡਿਸਕਸ ਕਰਦੇ ਹਾਂ ਕੁਦਰਤੀ ਜਾਨਵਰ ਵੀ ਜਿਹੜੇ ਪਸ਼ੂ ਪੰਛੀ ਉਹ ਵੀ ਪਹਾੜੀ ਇਲਾਕੇ ਚ ਪਾਏ ਜਾਂਦੇ ਹਨ ਪਠਾਰ ਜਾਂ ਪਲੇਟੂਸ ਅਸੀਂ ਕਹਿੰਦੇ ਹਾਂ ਅੰਗਰੇਜ਼ੀ ਦੇ ਵਿੱਚ ਬੇਟਾ ਇਹਨਾਂ ਨੂੰ ਕੁੱਲ ਖੇਤਰਫਲ ਦਾ ਭਾਰਤ ਦੇ 27% ਹਿੱਸਾ ਜਿਹੜਾ ਹੈ ਉਹ ਪਠਾਰੀ ਹੈ ਜਿੰਨਾ ਵੀ ਸਾਡਾ ਦੱਖਣੀ ਭਾਰਤ ਦਾ ਹਿੱਸਾ ਹੈ ਮੈਕਸਿਮਮ ਪੈਨਾਸੋਰਲ ਪਲੇਟੂ ਅਸੀਂ ਉਹਨੂੰ ਕਹਿੰਦੇ ਹਾਂ ਪ੍ਰਾਇਦੀਪੀ ਪਠਾਰ ਉਹ 27% ਹਿੱਸਾ ਹੈ ਔਰ ਇਹ ਜਿਹੜਾ ਪਠਾਰ ਹੈ ਸਾਡਾ ਪ੍ਰਾਇਦੀਪੀ ਪਠਾਰ ਛੋਟਾ ਨਾਗਪੁਰ ਦਾ ਪਠਾਰ ਇਹ ਭਾਰਤ ਦੀ ਜਿਹੜੀ ਖਣਿਜ ਪਦਾਰਥਾਂ ਦਾ ਘਰ ਮੰਨਿਆ ਜਾਂਦਾ ਹੈ ਨੇਚਰਲ ਰਿਸੋਰਸ ਜਿਹੜੇ ਸਾਡੇ ਮਿਨਰਲਸ ਹਨ ਉਹਨਾਂ ਦੀ ਹੱਬ ਮੰਨੇ ਜਾਂਦੀ ਹੈ ਸਾਡੇ ਕੁਦਰਤੀ ਰਿਸੋਰਸ ਜਿਹੜੇ ਲੋਹਾ ਕੋਇਲਾ ਮੈਗਨੀਜ਼ ਇਹ ਸਾਰਾ ਜਿਹੜਾ ਹੈ ਇਹ ਪਠਾਰੀ ਇਲਾਕੇ ਚੋਂ ਸਾਨੂੰ ਮਿਲਦਾ ਹੈ ਪਠਾਰੀ ਹਿੱਸੇ ਦੇ ਉੱਪਰ ਕੁਝ ਹਿੱਸੇ 'ਚ ਅਸੀਂ ਮਿੱਟੀ ਨੂੰ ਰੀਕਲੇਮ ਕਰਕੇ ਜਿਹੜਾ ਖੇਤੀ ਵੀ ਕਰਦੇ ਹਾਂ ਐਸਾ ਨਹੀਂ ਹੈ ਕਿ ਉੱਥੇ ਸਿਰਫ ਖੜੀਜ ਪਦਾਰਥ ਹੀ ਹੁੰਦੇ ਆ ਤੇ ਫਸਲਾਂ ਨਹੀਂ ਹੁੰਦੀਆਂ ਬਿਲਕੁਲ ਬੇਟਾ ਫਸਲਾਂ ਨਹੀਂ ਹੁੰਦੀਆਂ ਉਹ ਆਪਾਂ ਅੱਗੇ ਡਿਸਕਸ ਕਰਦੇ ਹਾਂ ਮੈਦਾਨ ਅਹਿਮ ਹੈ ਸਰ ਭਾਰਤ ਦੇ ਸਿੰਧੂ ਗੰਗਾ ਤੇ ਬ੍ਰਹਮਪੁੱਤਰ ਦੇ ਮੈਦਾਨ ਜਿੰਨਾਂ ਵਿੱਚ ਆਪਣਾ ਰਾਜ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਬਿਹਾਰ ਅਸਾਮ ਦੇ ਮੈਦਾਨੀ ਭਾਗ ਚਾਰਖੰਡ ਇਹ ਹਿੱਸੇ ਆਉਂਦੇ ਹਨ ਬੇਟਾ ਮੈਦਾਨਾਂ ਨੂੰ ਭਾਰਤ ਦੀ ਬ੍ਰੈਡ ਬਾਸਕਟ ਕਿਹਾ ਜਾਂਦਾ ਹੈ ਭਾਰਤ ਦੇ ਕੁੱਲ ਖੇਤਰਫਲ ਦਾ 43% ਮੈਦਾਨੀ ਪਹਾੜ ਹੈ। ਔਰ ਇਹ ਇਲਾਕਾ ਜ਼ਰਖੇਜ਼ ਜ਼ਮੀਨ ਹੈ। ਇਹ ਮੈਦਾਨ ਪਹਾੜਾਂ ਤੋਂ ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ ਦੇ ਵਿਸ਼ਣ ਨਾਲ ਬਣੇ ਹਨ। ਲੱਖਾਂ ਕਰੋੜਾਂ ਸਾਲਾਂ ਤੱਕ ਨਦੀਆਂ ਪਹਾੜਾਂ ਤੋਂ ਮਿੱਟੀਆਂ ਵਹਾ ਕੇ ਲੈ ਕੇ ਆਉਂਦੀਆਂ ਰਹੀਆਂ ਔਰ ਉਹਨਾਂ ਮਿੱਟੀਆਂ ਦੇ ਵਿਸ਼ਣ ਨਾਲ ਇਹ ਮੈਦਾਨ ਬਣੇ ਹਨ। ਹਰ ਸਾਲ ਜਦੋਂ ਵੀ ਨੀਵੇਂ ਇਲਾਕਿਆਂ 'ਚ ਹੜ੍ਹ ਆਉਂਦੇ ਹਨ ਤਾਂ ਨਵੀਂ ਮਿੱਟੀ ਦੀ ਪਰਤ ਇੱਥੇ ਵਿਛ ਜਾਂਦੀ ਹੈ। ਔਰ ਇਹ ਮੈਦਾਨ ਫਸਲਾਂ ਵਾਸਤੇ ਬਹੁਤ ਹੀ ਉਪਜਾਊ ਭੂਮੀ ਮੁਹੱਈਆ ਕਰਾਉਂਦੇ ਹਨ ਜਿੱਥੇ ਸਾਰੀਆਂ ਸਾਡੀਆਂ ਫਸਲਾਂ ਜਿਹੜੀਆਂ ਪੈਦਾ ਹੁੰਦੀਆਂ ਹਨ। ਅਗਰ ਤੁਸੀਂ ਪੰਜਾਬ 'ਚ ਮੈਕਸਿਮਮ ਸਾਡੇ ਪਿੰਡਾਂ ਦੇ ਬੱਚਿਆਂ ਨੂੰ ਪਤਾ ਹੋਏਗਾ ਕਿ ਹੁਣ ਝੋਨੇ ਦਾ ਸੀਜ਼ਨ ਆਉਣ ਵਾਲਾ ਹੈ। ਕਣਕ, ਸਬਜ਼ੀਆਂ, ਤਿਲ ਹਨ, ਦਾਲਾਂ, ਜਿੰਨੀ ਵੀ ਮੱਕੀ ਇਹ ਖੇਤੀ ਹੁੰਦੀ ਹੈ, ਇਹਨਾਂ ਮੈਦਾਨਾਂ ਦੇ ਉੱਪਰ ਹੁੰਦੀ ਹੈ। ਸੋ ਖੇਤੀਬਾੜੀ ਚੰਗੀ ਹੋਣ ਦੀ ਵਜ੍ਹਾ ਨਾਲ ਇਸ ਖਿੱਤੇ ਦੇ ਵਿੱਚ ਜਨਸੰਖਿਆ ਵੀ ਭਾਰੀ ਵਸੀ ਹੋਈ ਹੈ ਸੰਘਣੀ ਜਨਸੰਖਿਆ ਹੈ ਇਨ੍ਹਾਂ ਇਲਾਕਿਆਂ ਦੇ ਵਿੱਚ ਅੱਗੇ ਤੁਹਾਡੇ 8ਵੀਂ ਜਮਾਤ ਦਾ ਜਿਹੜਾ ਚੈਪਟਰ ਦੇ ਵਿੱਚ ਇੱਕ ਚੱਕਰ ਡਾਇਗਰਾਮ ਜਾਂ ਵੀਲ ਡਾਇਗਰਾਮ ਜਾਂ ਪਾਈ ਡਾਇਗਰਾਮ ਅਸੀਂ ਕਹਿੰਦੇ ਬਣੀ ਹੋਈ ਉਹਦੋਂ ਅਗਰ ਧਿਆਨ ਨਾਲ ਤੁਸੀਂ ਦੇਖਿਆ ਹੋਵੇ ਕਿਤਾਬ 'ਚ ਬੇਟਾ ਇਹ ਜੜੀਆਂ ਨਕਸ਼ੇ ਔਰ ਡਾਇਗ੍ਰਾਮਸ ਹੁੰਦੇ ਹਨ ਇਹ ਅਜਾਈ ਨਹੀਂ ਪਾਏ ਹੁੰਦੇ ਕਿਤਾਬਾਂ ਚ ਇਹਨਾਂ ਨੂੰ ਧਿਆਨ ਨਾਲ ਦੇਖਣਾ ਵਾਚਣਾ ਸਮਝਣਾ ਬੜਾ ਜ਼ਰੂਰੀ ਹੈ ਔਰ ਮੇਰੇ ਜਿਹੜੇ ਮਾਨਯੋਗ ਅਧਿਆਪਕ ਸਾਥੀ ਇਹ ਲੈਕਚਰ ਸੁਣ ਰਹੇ ਆ ਉਮੀਦ ਆ ਕਿ ਉਹ ਇਹਨਾਂ ਨਕਸ਼ਿਆਂ ਨੂੰ ਔਰ ਇਹਨਾਂ ਜਿਹੜੀਆਂ ਡਾਇਗ੍ਰਾਮਸ ਕਿਤਾਬਾਂ ਚ ਬਣੀਆਂ ਉਹਨਾਂ ਨੂੰ ਜ਼ਰੂਰ ਬੱਚਿਆਂ ਨੂੰ ਸਮਝਾਉਂਦੇ ਹੋਣਗੇ ਬੜੇ ਬੱਚਿਆਂ ਨੇ ਆਪਣੀ ਜਮਾਤ ਦੇ ਵਿੱਚ ਜਿਹੜਾ ਹੈ ਇਹ ਡਾਇਗ੍ਰਾਮਸ ਚਾਰਟਸ ਦੇ ਬਣਾ ਕੇ ਲਗਾਈਆਂ ਵੀ ਹੋਣਗੀਆਂ ਲਾਉਂਦੇ ਆ ਬੱਚੇ ਸੋ ਇਹਦੇ ਵਿੱਚ ਤੁਸੀਂ ਦੇਖੋ ਜਰਾ ਕਿ 46% ਹਿੱਸਾ ਸਾਡਾ ਜਿਹੜਾ ਹੈ ਉਹ ਬਜਾਈ ਹੇਠ ਭੂਮੀ ਦਾ ਹੈ ਲੈਂਡ ਨਟਸ ਓਨ ਏਰੀਆ ਜਿਹਨੂੰ ਅਸੀਂ ਕਹਿੰਦੇ ਹਾਂ ਜਿੱਥੇ ਅਸਲ ਦੇ ਵਿੱਚ ਫਸਲਾਂ ਜਿਹੜੀਆਂ ਬੀਜੀਆਂ ਗਈਆਂ ਹਨ 23% ਹਿੱਸਾ ਸਾਡਾ ਜੰਗਲਾਂ ਦਾ ਹੈ ਵੈਸੇ ਇੱਥੇ ਜ਼ਿਆਦਾ ਹੈ ਤੁਹਾਡੀ ਡਾਇਗਰਾਮ 'ਚ ਲਿਖਿਆ ਹੋਇਆ ਜੰਗਲ ਜਿਹੜੇ ਹੈ ਉਹਨਾਂ ਦਾ ਰਕਬਾ ਦਿਨ-ਦਿਨ ਘਟਦਾ ਜਾ ਰਿਹਾ ਜਿਹੜਾ ਲੇਟੈਸਟ ਸਾਡੇ ਕੋਲ ਅੰਕੜੇ ਆ ਰਹੇ ਹਨ 14% ਏਰੀਆ 11 ਖੇਤੀ ਭੂਮੀ ਹੈ ਜਿੱਥੇ ਕਿ ਐਗਰੀਕਲਚਰ ਨਹੀਂ ਹੁੰਦੀ ਉਹ ਬਿਲਡਿੰਗਾਂ ਅੰਦਰ ਹੋ ਸਕਦੀ ਹੈ ਸੜਕਾਂ ਪੁਲਾਂ ਦੇ ਅੰਦਰ ਹੋ ਸਕਦੀ ਹੈ ਨਦੀਆਂ ਦੇ ਅੰਦਰ ਹੋ ਸਕਦੀ ਹੈ 4% ਹਿੱਸਾ ਸਾਡੇ ਕੋਲ ਸਿਰਫ ਚਾਰਾਗਾਹਾਂ ਜਾਂ ਦਰਖਤਾਂ ਹੈ ਏਹ ਜ਼ਮੀਨ ਹੈ ਪਾਸਚਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਜਿੱਥੇ ਪਸ਼ੂ ਘਾਹ ਚਰਦੇ ਹਨ ਔਰ 8% 5% ਜਿਹੜੀ ਹੈ ਸਾਡੇ ਕੋਲ ਖੇਤੀਯੋਗ ਹੈ ਪਰ ਵਿਅਰਥ ਹੈ ਉੱਤੇ ਖੇਤੀ ਨਹੀਂ ਹੋ ਰਹੀ 8% ਹਿੱਸਾ ਸਾਡਾ ਹੈ ਵਿਅਰਥ ਹੈ ਬੈਰਨ ਲੈਂਡ ਹੈ ਬੰਜਰ ਜ਼ਮੀਨ ਹੈ ਉੱਥੇ ਖੇਤੀ ਨਹੀਂ ਹੁੰਦੀ ਇੱਕ ਨਕਸ਼ਾ ਜਿਹੜਾ ਤੁਸੀਂ ਦੇਖੋ ਜ਼ਰਾ ਇਹ ਇੱਕ ਇਹਦੇ ਵਿੱਚ ਕਿੰਨੇ ਏਰੀਏ ਤੇ ਸਦਾ ਬਹਾਰ ਜੰਗਲ ਹੈ ਅਸਾਮ ਦਾ ਏਰੀਆ ਅਰ ਨਾਚਲ ਪ੍ਰਦੇਸ਼ ਦਾ ਜਾਂ ਥੋੜਾ ਜਿਹਾ ਉੱਤਰਾ ਉਨਤਰਾਚਲ ਜੰਮੂ ਕਸ਼ਮੀਰ ਹਿਮਾਚਲ ਦਾ ਏਰੀਆ ਔਰ ਮੈਕਸਿਮਮ ਏਰੀਆ ਤੁਹਾਡਾ ਜਿਹੜਾ ਹੈ ਕ੍ਰੌਪ ਲੈਂਡ ਹੈ ਆ ਜਿਹੜਾ ਤੁਹਾਨੂੰ ਲਾਈਟ ਬ੍ਰਾਊਨ ਕਲਰ ਦੇ ਵਿੱਚ ਨਜ਼ਰ ਆ ਰਿਹਾ ਹੈ ਇਹ ਖੇਤੀਯੋਗ ਭੂਮੀ ਹੈ ਜਿਹੜੇ ਲਾਈਟ ਗ੍ਰੀਨ ਕਲਰ ਹਲਕੇ ਹਰੇ ਰੰਗ ਦੇ ਜਿਹੜੇ ਆ ਏਰੀਆਜ਼ ਨਜ਼ਰ ਆ ਰਿਹਾ ਤੁਹਾਨੂੰ ਇਹ ਸਾਰੇ ਡੈਸੀਡੂਸ ਫੋਰੈਸਟ ਆ ਜਾਂ ਪੱਤ ਚੜੀ ਜੰਗਲ ਆ ਇਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ ਭਾਰਤ ਵਿੱਚ ਕੁੱਲ ਖੇਤਰਫਲ ਦਾ 22.2% ਹਿੱਸਾ ਜੰਗਲਾਂ ਹੇਠ ਹੈ ਮੈਂ ਤੁਹਾਨੂੰ ਜਿੱਦਾਂ ਦੱਸਿਆ ਕਿ ਇਹ ਕਿਤਾਬਾਂ ਵਿੱਚ ਇਹ ਅੰਕੜਾ ਲਿਖਿਆ ਜ਼ਰੂਰ ਹੈ ਪਰ ਜੰਗਲਾਂ ਹੇਠ ਰਕਬਾ ਸਾਡਾ ਘੱਟਦਾ ਹਾਲਾਂਕਿ ਹਰ ਸਾਲ ਵਣ ਮਹਾਉਤਸਵ ਮਨਾਇਆ ਜਾਂਦਾ ਸੀ ਜੰਗਲ ਵੀ ਲਾਉਂਦੇ ਹਾਂ ਤੁਸੀਂ ਸਕੂਲਾਂ 'ਚ ਵੀ ਲਾਏ ਹੋਣਗੇ ਦਰਖਤ ਜਦੋਂ ਵਣ ਮਹਾਉਤਸਵ ਮਨਾਉਂਦੇ ਹਾਂ ਜਿਹੜਾ ਹੈ ਮੌਨਸੂਨ ਸੀਜ਼ਨ ਆ ਰਿਹਾ ਹੈ ਉਹਦੇ ਵਿੱਚ ਜੰਗਲ ਜ਼ਰੂਰ ਲਾਓ ਜਿਹੜੇ ਜੰਗਲ ਹੈ ਉਹਨਾਂ ਦੇ ਲਾਉਣ ਦੀ ਜਿਹੜੀ ਗਤੀ ਹੈ ਉਹ ਗਤੀ ਘਟ ਹੈ ਜੰਗਲਾਂ ਨੂੰ ਕੱਟਣ ਦੀ ਗਤੀ ਜ਼ਿਆਦਾ ਹੈ ਜਿਹਦੇ ਕਰਕੇ ਸਾਡਾ ਜਿਹੜਾ ਇਕੋਸਿਸਟਮ ਹੈ ਉਹ ਖਰਾਬ ਹੋ ਰਿਹਾ ਔਰ ਆਲਮੀ ਤਪਸ਼ ਜਾਂ ਗਲੋਬਲ ਵਾਰਮਿੰਗ ਜਿਹੜੀ ਹੈ ਉਹਦੇ ਨਾਲ ਧਰਤੀ ਉੱਪਰ ਬੜੇ ਵੱਡੇ ਪੱਧਰ ਤੇ ਜਿਹੜੇ ਕਲਾਈਮੈਟਿਕ ਚੇਂजेस ਹੈ ਉਹ ਆ ਰਹੇ ਹਨ ਸੋ ਉਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਵੱਡੀ ਪੱਧਰ ਤੇ ਦਰਖਤ ਲਾਉਣੇ ਚਾਹੀਦੇ ਆ ਕਟਾਈ ਤੇ ਰੋਕ ਲੱਗਣੀ ਚਾਹੀਦੀ ਆ ਕਾਨੂੰਨ ਬਣਿਆ 1972 ਵਿੱਚ ਇੱਕ ਬਣ ਕਾਨੂੰਨ ਬਣਿਆ ਸੀਗਾ ਜੰਗਲਾਂ ਨੂੰ ਕੱਟਣਾ ਕਾਨੂੰਨੀ ਜੁਰਮ ਹੈ ਪਰ ਉਹਦੇ ਤੇ ਜਿਹੜੀ ਪ੍ਰੋਪਰ ਇੰਪਲੀਮੈਂਟੇਸ਼ਨ ਹੈ ਸਰਕਾਰ ਨੂੰ ਹੋਰ ਜ਼ਿਆਦਾ ਸ਼ਕਤੀ ਕਰਨੀ ਚਾਹੀਦੀ ਹੈ। ਗੈਰ ਖੇਤੀ ਭੂਮੀ કુલ ਖੇਤਰਫਲ ਦਾ 14% ਹੈ ਇਸ ਵਿੱਚ ਬੰਜਰ ਭੂਮੀ ਮੈਂ ਦੱਸਿਆ ਤੁਹਾਨੂੰ। ਇਹ ਆਪਾਂ ਅੰਕੜੇ ਡਿਸਕਸ ਕਰ ਲਿਆ ਅੱਗੇ ਚੱਲਦੇ ਆਂ। ਦੈਨ ਆ ਕਮਸ ਮਿੱਟੀ। ਗੁਰੂ ਨਾਨਕ ਦੇਵ ਸਾਹਿਬ ਆਪਣੇ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਦੇ ਵਿੱਚ ਲਿਖਦੇ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਔਰ ਗੁਰੂ ਅੰਗਦ ਦੇਵ ਸਾਹਿਬ ਨੇ ਵੀ ਲਿਖਿਆ ਹੈ ਪਹਿਲਾਂ ਪਾਣੀ ਜਿਉ ਹੈ ਜਿਤ ਹਰਿਆ ਸ਼ਬ ਕੋ ਕਿ ਕੁਦਰਤੀ ਸਰੋਤ ਨੂੰ ਸੰਭਾਲਣਾ ਜ਼ਰੂਰੀ ਹੈ ਮਿੱਟੀ ਹੈ ਤੇ ਅਸੀਂ ਰੋਟੀ ਖਾਂਦੇ ਹਾਂ ਜੇ ਮਿੱਟੀ ਨਹੀਂ ਰਹੇਗੀ ਮਿੱਟੀ ਬੰਜਰ ਹੋ ਜਾਏਗੀ ਤੇ ਸਾਨੂੰ ਖਾਣ ਲਈ ਰੋਟੀ ਵੀ ਨਹੀਂ ਲੱਭਣੀ ਸੋ ਪੌਦਿਆਂ ਦੇ ਉੱਗਣ ਵਾਸਤੇ ਵਾਧੇ ਵਾਸਤੇ ਮਿੱਟੀ ਬਹੁਤ ਮਹੱਤਵਪੂਰਨ ਤਤ ਹੈ ਨਵੇਂ ਆਣ ਯੋਗ ਹੈ ਕਿਸ ਤਰ੍ਹਾਂ ਕਿ ਅਸੀਂ ਮਿੱਟੀ ਦੇ ਵਿੱਚ ਰਸਾਇਣਿਕ ਕੀਟਨਾਸ਼ਕ ਖਾਦਾਂ ਘੱਟ ਪਾਈਏ ਜਾਂ ਨਾ ਪਾਈਏ ਤੇ ਕੁਦਰਤੀ ਖੇਤੀ ਕਰੀਏ ਆਰਗੈਨਿਕ ਫਾਰਮਿੰਗ ਕਰੀਏ ਤਾਂ ਸਾਡੀ ਮਿੱਟੀ ਜ਼ੋਰ ਬਚੇਗੀ ਔਜਾਵਿਕ ਸਾਧਨ ਹੈ ਮਿੱਟੀ ਦੀ ਰਚਨਾ ਲਗਾਤਾਰ ਤੱਤਾਂ ਦੁਆਰਾ ਹੁੰਦੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂ ਚ ਦੱਸਿਆ ਸੀਗਾ ਕਿ ਪਹਾੜਾਂ ਤੋਂ ਨਦੀਆਂ ਮਿੱਟੀ ਵਹਾ ਕੇ ਮੈਦਾਨਾਂ ਚ ਲੈ ਕੇ ਆਉਂਦੀਆਂ ਜਿਹਦੇ ਨਾਲ ਇਹ ਮਿੱਟੀ ਬਣਦੀ ਔਰ ਇਹ ਪ੍ਰਕਿਰਿਆ ਕਰੋੜਾਂ ਸਾਲਾਂ ਤੋਂ ਚੱਲਦੀ ਔਰ ਚੱਲਦੀ ਪਈ ਹੈ ਅਜੇ ਵੀ ਚੱਲਦੀ ਪਈ ਹੈ ਮੂਲ ਜਿਹੜੇ ਤੱਤ ਹਨ ਬੇਸਿਕ ਰੌਕ ਜਾਂ ਮੂਲ ਚਟਾਨ ਜਲਵਾਯੂ ਪੌਦੇ ਹੋਰ ਜੀਵ ਜੰਤੂ ਜਿਹੜੇ ਆ ਉਹ ਮਿੱਟੀ ਦੀ ਰਚਨਾ ਵਿੱਚ ਆਪਣਾ ਮਹੱਤਵਪੂਰਨ ਰੋਲ ਅਦਾ ਕਰਦੇ ਆ ਕਿਉਂਕਿ ਜਿਹੜੀ ਮਿੱਟੀ ਹੁੰਦੀ ਆ ਚਟਾਨਾਂ ਦਾ ਟੁੱਟਿਆ ਹੋਇਆ ਰੂਪ ਹੁੰਦੀ ਆ ਬਰੋਕਨ ਰੌਕ ਮਟੀਰੀਅਲ ਹੁੰਦਾ ਹੈ ਕਲਾਈਮੇਟ ਦਾ ਇਫੈਕਟ ਪੈਂਦਾ ਹੈ ਠੰਡੇ ਖੇਤਿਆਂ ਦੀ ਜਿਹੜੀ ਮਿੱਟੀ ਆ ਹੋਰ ਤਰੀਕੇ ਦੀ ਹੁੰਦੀ ਹੈ ਇਸੇ ਤਰ੍ਹਾਂ ਪੌਦਿਆਂ ਦਾ ਜਿਹੜਾ ਗਲਿਆ ਸੜਿਆ ਹਿੱਸਾ ਹਿਊਮਸ ਮਿੱਟੀ 'ਚ ਮੌਜੂਦ ਹੁੰਦਾ ਉਹ ਮਿੱਟੀ ਨੂੰ ਹੋਰ ਜ਼ਰਖੇਜ਼ ਬਣਾਉਂਦਾ ਉਪਜਾਊ ਬਣਾਉਂਦਾ ਅਸੀਂ ਦੇਖੋ ਮਿੱਟੀ ਨੂੰ ਜਿਹੜਾ ਮੁੱਖ ਰੂਪ ਚ ਭਾਰਤ ਦੇ ਵਿੱਚ 6 ਸਿਆਚ ਵੰਡਿਆ ਹੋਇਆ ਜਲੌੜ ਮਿੱਟੀ ਮਾਰੂਥਲੀ ਲੈਟਰਾਈਟ ਮਿੱਟੀ ਕਾਲੀ ਮਿੱਟੀ ਲਾਲ ਮਿੱਟੀ ਜੰਗਲੀ ਤੇ ਪर्वਤੀ ਮਿੱਟੀ ਕਿਉਂਕਿ ਭਾਰਤ ਦੀ 60% ਤੋਂ ਜ਼ਿਆਦਾ ਜਿਹੜੀ ਜਨਸੰਖਿਆ ਹੈ ਜੋ ਲੇਟੈਸਟ ਅੰਕੜੇ ਸਾਡੇ ਕੋਲ ਮੌਜੂਦ ਹਨ ਉਹ ਖੇਤੀਬਾੜੀ ਕਰਦੀ ਹੈ ਸੋ ਮੁੱਖ ਤੌਰ ਤੇ ਜਿਹੜੀਆਂ ਮਿੱਟੀਆਂ ਆਪਾਂ ਡਿਸਕਸ ਕਰ ਲੀਆਂ ਕਿਹੜੀਆਂ-ਕਿਹੜੀਆਂ 1 ਵਨ ਬਾਈ 1 ਕਰਦੇ ਆ ਜਿਹੜੀ ਚੀਜ਼ ਸਮਝਣ ਵਾਲੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਆ ਡਾਇਗਰਾਮ ਅਗਰ ਬਣਾ ਸਕਦੇ ਹੋ ਤੇ ਬਣਾ ਲਓ ਬੜੀ ਖੂਬਸੂਰਤ ਹੈ ਜਲੌੜ ਮਿੱਟੀ ਜਾਂ ਐਲੂਵਿਅਲ ਸੋਇਲ ਇਹ ਨਦੀਆਂ ਤੇ ਦਰਿਆਵਾਂ ਦੇ ਪਾਣੀ ਦੁਆਰਾ ਲਿਆ ਕੇ ਜਮਾ ਕੀਤੀ ਹੋਈ ਮਿੱਟੀ ਆ ਅਗਰ ਇਸ ਡਾਇਗਰਾਮ ਨੂੰ ਤੁਸੀਂ 1 ਮਿੰਟ ਲਈ ਧਿਆਨ ਨਾਲ ਦੇਖੋ ਤੇ ਨਦੀਆਂ ਨੀਚੇ ਮੈਦਾਨਾ ਚਾਹੁੰਦੀਆਂ ਪਹਾੜਾਂ ਤੋਂ ਔਰ ਮਿੱਟੀ ਖੋੜ ਕੇ ਇਹ ਮੈਦਾਨਾ ਚ ਵਿਛਾ ਦਿੰਦੀਆਂ ਤੁਹਾਡੀ ਕਿਤਾਬ ਦੇ ਵਿੱਚ ਖਾਦਰ ਬਾਂਗਰ ਭੱਬਰ ਤੇ ਤਰਾਈ ਇਹ ਸ਼ਬਦ ਦਿੱਤੇ ਇਹਨਾਂ ਨੂੰ ਆਰਾਮ ਨਾਲ ਸਮਝੋ ਜਰਾ ਬੇਟਾ ਜਦੋਂ ਹਿਮਾਲਿਆ ਤੋਂ ਨਦੀਆਂ ਅਚਾਨਕ ਮੈਦਾਨਾ ਮੈਦਾਨੀ ਇਲਾਕੇ ਚ ਆ ਜਾਂਦੀਆਂ ਪਹਾੜਾਂ ਤੋਂ ਥੱਲੇ ਆਉਂਦੇ ਆ ਪਾਣੀ ਦੀ ਗਤੀ ਜਿਹੜੀ ਹੈ ਨਦੀ ਦੀ ਗਤੀ ਜਿਹੜੀ ਹੈ ਵੈਲੋਸਿਟੀ ਬਹੁਤ ਜ਼ਿਆਦਾ ਹੁੰਦੀ ਹੈ ਮੈਦਾਨਾ ਚ ਆਉਂਦੇ ਨਾਲ ਹੀ ਜਿੱਦਾਂ ਹੀ ਪਾਣੀ ਦੀ ਗਤੀ ਘਟਦੀ ਹੈ ਤਾਂ ਨਦੀ ਆਪਣੇ ਨਾਲ ਵਹਾ ਕੇ ਲਿਆਂਦੇ ਹੋਏ ਵੱਡੇ ਵੱਡੇ ਪੱਥਰ ਬੋਲਡਰਸ ਕੰਕੜ ਉਹ ਪਹਾੜਾਂ ਦੇ ਬਿਲਕੁਲ ਪੈਰਾਂ ਦੇ ਵਿੱਚ ਫੁੱਟ ਹਿੱਲ ਦੇ ਵਿੱਚ ਵਿਛਾ ਦਿੰਦੀ ਹੈ ਇੱਥੇ ਕੀ ਹੁੰਦਾ ਕਿ ਜਿਹੜਾ ਪਾਣੀ ਉੱਪਰੋਂ ਪਹਾੜਾਂ ਤੋਂ ਆ ਰਿਹਾ ਉਹ ਇਹਨਾਂ ਚਟਾਨਾਂ ਦੇ ਥੱਲੇ ਵਗਣਾ ਸ਼ੁਰੂ ਕਰ ਦਿੰਦਾ ਇਸ ਖਿੱਤੇ ਨੂੰ ਅਸੀਂ ਬਾਬਰ ਕਹਿੰਦੇ ਹਾਂ ਬਾਬਰ ਦੇ ਬਿਲਕੁਲ ਅਗਲੇ ਪਾਸੇ ਸਾਊਥ ਵਿੱਚ ਦੱਖਣੇ ਵਾਲੇ ਪਾਸੇ ਉਹ ਨਦੀਆਂ ਜਿਹੜੀਆਂ ਕਿ ਬਾਬਰ ਦੇ ਵਿੱਚ ਅਲੋਪ ਹੋ ਗਈਆਂ ਸੀਗੀਆਂ ਥੱਲੇ ਵਗ ਰਹੀਆਂ ਸੀਗੀਆਂ ਉਹ ਦੁਬਾਰਾ ਸਤ੍ਹਾ ਦੇ ਉੱਪਰ ਆ ਜਾਂਦੀਆਂ ਰੀ ਸਰਫੇਸ ਹੋ ਜਾਂਦੀਆਂ ਇਸ ਕਰਕੇ ਉਹ ਇਲਾਕਾ ਜਿਹੜਾ ਹੈ ਉਹ ਦਲਦਲੀ ਭੂਮੀ ਨਾਲ ਭਰਿਆ ਪਿਆ ਹੁੰਦਾ ਹੈ ਸੰਘਣੇ ਜੰਗਲ ਹੁੰਦੇ ਹਨ ਉੱਥੇ ਬੜੇ ਖਤਰਨਾਕ ਰੇਂਗਣ ਵਾਲੇ ਜੀਵ ਸੱਪ ਵਿੱਚੂ ਔਰ ਕਾਕਰੋਚਸ ਔਰ ਬੜਾ ਕੁਝ ਜਿੰਨਾ ਵੀ ਮੱਛਰ ਬਹੁਤ ਜ਼ਿਆਦਾ ਹੁੰਦਾ ਹੈ ਭਾਰਤ ਦਾ ਜਿਹੜਾ ਤਰਾਈ ਦਾ ਇਲਾਕਾ ਹੈ ਉਹ ਆਮ ਤੌਰ ਤੇ ਉਤਰਾੰਚਲ ਦਾ ਦੱਖਣੀ ਹਿੱਸਾ ਜਾਂ ਪਛਮੀ ਉੱਤਰ ਪ੍ਰਦੇਸ਼ ਦਾ ਜਿਹੜਾ ਉੱਤਰੀ ਹਿੱਸਾ ਹੈ ਜਾਂ ਨੇਪਾਲ ਨਾਲ ਲੱਗਦਾ ਜਿਹੜਾ ਬਾਰਡਰ ਹੈ ਉਹ ਤਰਾਇ ਦਾ ਲੱਗਾ ਹੈ ਖਾਦਰ ਤੇ ਬੰਗਰ ਕੀ ਹੁੰਦਾ ਇਸ ਸੱਜੇ ਪਾਸੇ ਡਾਇਗਰਾਮ ਨਾਲ ਅਗਰ ਤੁਸੀਂ ਦੇਖੋ ਧਿਆਨ ਨਾਲ ਤੇ ਜਿਹੜਾ ਨਦੀ ਜਿਹੜੀ ਕਾਟੀ ਹੈ ਜਿੱਥੇ ਹਰ ਸਾਲ ਹੜ੍ਹ ਆਉਂਦੇ ਆ ਔਰ ਹੜ੍ਹਾਂ ਦੇ ਨਾਲ ਨਵੀਂ ਮਿੱਟੀ ਵਿਛਾਈ ਜਾਂਦੀ ਹੈ ਨਵੀਂ ਜਲੋੜ ਮਿੱਟੀ ਨੂੰ ਬੇਟਾ ਖਾਦਰ ਕਹਿੰਦੇ ਹਨ ਇਹ ਮਿੱਟੀ ਬੜੀ ਉਪਜਾਊ ਹੁੰਦੀ ਹੈ ਕਿਉਂਕਿ ਹਰ ਸਾਲ ਦਰਿਆ ਜਿਹੜੀ ਹੈ ਉਪਜਾਊ ਮਿੱਟੀ ਪਹਾੜਾਂ ਤੋਂ ਲਿਆ ਕੇ ਵਚਾਉਂਦੇ ਹਨ ਮੈਦਾਨਾਂ ਵਿੱਚ ਉਹ ਇਲਾਕਾ ਜਿਹੜਾ ਕਿ ਨਦੀ ਘਾਟੀ ਤੋਂ ਦੂਰ ਹੈ ਉੱਚਾ ਇਲਾਕਾ ਹੈ ਜਿੱਥੇ ਕਿ ਨਦੀ ਦੇ ਹੜ੍ਹਾਂ ਦਾ ਪਾਣੀ ਨਹੀਂ ਪਹੁੰਚਦਾ ਉਸ ਪੁਰਾਣੀ ਮਿੱਟੀ ਨੂੰ ਬਾਂਗਰ ਕਹਿੰਦੇ ਹਨ ਜਿਵੇਂ ਹਰਿਆਣਾ ਬਾਂਗਰ ਵਿਵਾਨੀ ਬਾਂਗਰ ਪੰਜਾਬ ਦੇ ਵਿੱਚ ਖਾਦਰ ਦਾ ਜਿਹੜਾ ਇਲਾਕਾ ਉਹਨੂੰ ਅਸੀਂ ਬੇਟ ਵੀ ਕਹਿੰਦੇ ਹਾਂ ਜਿਹੜਾ ਦੋਆਬੇ ਦਾ ਏਰੀਆ ਤਾਲੀਵਾਲ ਬੇਟ ਤੇ ਹੋਰ ਇਸ ਤਰ੍ਹਾਂ ਦੇ ਨਾਮ ਪਿੰਡਾਂ ਦੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਆ ਗਏ ਉਹ ਉਹ ਇਲਾਕਾ ਹੈ ਜਿੱਥੇ ਕਿ ਹੜਾਂ ਦੁਆਰਾ ਲਿਆਂਦੀ ਗਈ ਮਿੱਟੀ ਤਾਜ਼ੀ-ਤਾਜ਼ੀ ਵਿਸ਼ੀਆ ਔਰ ਮਿੱਟੀ ਉਪਜਾਊ ਹੈ ਉਹਨੂੰ ਅਸੀਂ ਖਾਦਰ ਕਹਿੰਦੇ ਹਾਂ ਸੋ ਇਹ ਡਾਇਗ੍ਰਾਮ ਜਿਹੜੇ ਬੱਚਿਆਂ ਨੇ ਸਮਝ ਲਈ ਸਾਰੀ ਜ਼ਿੰਦਗੀ ਉਹਨਾਂ ਨੂੰ ਬਾਬਰ ਤਰਾਈ ਖਾਦਰ ਤੇ ਬੰਗਰ ਜਿਹੜਾ ਉਹ ਸਮਝਣ ਦੀ ਜ਼ਰੂਰਤ ਨਹੀਂ ਰਹੇਗੀ ਕਾਲੀ ਮਿੱਟੀ ਬਲੈਕ ਸੋਇਲ ਤੁਹਾਡੇ ਚੋਂ ਜਿਹੜੇ ਵਿਦਿਆਰਥੀ ਜਾਂ ਮੇਰੇ ਰਿਸਪੈਕਟਡ ਸਾਥੀ ਅਧਿਆਪਕ ਕਦੀ ਉਹ ਨੰਦੇੜ ਜਾਂ ਦੱਖਣ ਭਾਰਤ ਦੀ ਯਾਤਰਾ ਗਏ ਹੋਣ ਟ੍ਰੇਨ ਦੇ ਵਿੱਚ ਤੇ ਉਹਨਾਂ ਨੇ ਦੇਖਿਆ ਹੋਏਗਾ ਕਿ ਜਿੱਦਾਂ ਹੀ ਅ ਅਸੀਂ ਮੱਧ ਪ੍ਰਦੇਸ਼ ਔਰ ਮਹਾਰਾਸ਼ਟਰ ਦੇ ਇਲਾਕੇ ਚ ਐਂਟਰ ਕਰਦੇ ਹਾਂ ਤੇ ਉੱਥੇ ਕਾਲੀਆਂ ਮਿੱਟੀਆਂ ਪਾਈਆਂ ਜਾਂਦੀਆਂ ਇਸ ਮਿੱਟੀ ਨੂੰ ਰੇਗੜ ਮਿੱਟੀ ਵੀ ਕਿਹਾ ਜਾਂਦਾ ਹੈ ਇਹ ਮਿੱਟੀ ਜਵਾਲਾਮੁਖੀਆਂ ਦੇ ਜਿਹੜੇ ਵਿਸਫੋਟਾਂ ਨਾਲ ਬਣੀ ਹੈ ਪਰ ਅੱਜ ਕੱਲ੍ਹ ਤੇ ਇੱਥੇ ਕੋਈ ਜਵਾਲਾਮੁਖੀ ਨਹੀਂ ਆ ਇਹ ਕਦੋਂ ਦੇ ਜਵਾਲਾਮੁਖੀ ਆ ਬੱਚੇ ਜਦੋਂ ਭਾਰਤ ਪੈਂਜਿਆ ਦਾ ਹਿੱਸਾ ਸੀ ਅਸੀਂ 11ਵੀਂ 12ਵੀਂ 11ਵੀਂ ਜਮਾਤ ਦੀ ਜਿਹੜੀ ਜੀਓਗ੍ਰਾਫੀ ਦੀ ਕਿਤਾਬ ਹੈ ਉਹਦੇ ਵਿੱਚ ਅਸੀਂ ਇਹ ਸਾਰਾ ਪਲੇਟ ਟੈਕਟੋਨਿਕ ਜਾਂ ਜਿਹੜਾ ਹੈ ਕੰਟੀਨੈਂਟਲ ਡ੍ਰਿਫਟ ਥਿਊਰੀ ਪਾਈ ਹੈ ਜਿਹੜੇ ਸਕੂਲਾਂ ਜੀਓਗ੍ਰਾਫੀ ਹੈਗੀ ਉਹ ਬੱਚੇ ਉਹ ਕਿਤਾਬਾਂ ਨਾਲ ਜਿਹੜਾ ਕੰਸਲਟ ਕਰ ਸਕਦੇ ਅਧਿਆਪਕ ਸਾਥੀਆਂ ਨੂੰ ਉਹ ਕਰਨਾ ਹੀ ਚਾਹੀਦਾ ਵੈਸੇ ਇਹ ਮਿੱਟੀ ਉਦੋਂ ਦੀ ਵਿਸ਼ੇ ਹੋਈ ਹੈ ਜਦੋਂ ਕਿ ਭਾਰਤ ਜਿਹੜਾ ਹੈ ਉਹ ਪੈਂਜਿਆ ਦਾ ਹਿੱਸਾ ਹੁੰਦਾ ਸੀ ਇੰਡੋ-ਆਸਟ੍ਰੇਲੀਅਨ ਪਲੇਟ ਦਾ ਸੋ ਇਹ ਮਿੱਟੀ ਬੜੀ ਉਪਜਾਊ ਹੈ ਖਾਸ ਕਰਕੇ ਕਪਾਹ ਦੀ ਖੇਤੀ ਵਾਸਤੇ ਇਸ ਤੋਂ ਇਲਾਵਾ ਇੱਥੇ ਗੰਨਾ ਵੀ ਹੁੰਦਾ ਇਹ ਮਿੱਟੀ 16.6 ਇਸੇ ਤੇ ਪਾਈ ਜਾਂਦੀ ਹੈ ਇਹ ਮਿੱਟੀ ਜਿਹੜੀ ਆ ਨਮੀ ਨੂੰ ਕਾਫੀ ਦੇਰ ਤੱਕ ਆਪਣੇ ਤੇ ਸਮਾ ਸਕਦੀ ਹੈ ਆਮ ਤੌਰ ਤੇ ਮਿੱਟੀ ਜਿਹੜੀ ਜਿਸ ਤਰ੍ਹਾਂ ਮੈਂ ਦੱਸਿਆ ਦੱਖਣ ਦਾ ਪਠਾਰ ਮਹਾਰਾਸ਼ਟਰ ਦਾ ਇਲਾਕਾ ਦੱਖਣੀ ਗੁਜਰਾਤ ਇਹ ਸਾਰੇ ਇਲਾਕੇ ਵਿੱਚ ਕਾਲੀਆਂ ਮਿੱਟੀਆਂ ਪਾਈਆਂ ਜਾਂਦੀਆਂ ਹਨ ਲਾਲ ਮਿੱਟੀ ਅਗਰ ਤੁਸੀਂ ਕਰਨਾਟਕ ਗਏ ਹੋ ਕਦੀ ਤੇ ਕਰਨਾਟਕ ਦੇ ਵਿੱਚ ਤੁਸੀਂ ਦੇਖਿਓ ਹਾਏਗਾ ਬਿਦਰ ਆਮ ਤੌਰ ਤੇ ਅਸੀਂ ਗੁਰਦੁਆਰੇ ਗੁਰੂ ਨਾਨਕ ਦੇਵ ਸਾਹਿਬ ਦਾ ਨਾਨਕਚੀਰਾ ਗੁਰਦੁਆਰਾ ਹੈ ਉਥੇ ਜਾਂਦੇ ਹਾਂ ਤੇ ਉਥੇ ਮਿੱਟੀਆਂ ਲਾਲ ਹਨ ਇਸ ਤੋਂ ਇਲਾਵਾ ਤਾਮਿਲਨਾਡੂ ਆਂਧਰਾ ਪ੍ਰਦੇਸ਼ ਦੇ ਕੁਝ ਇਲਾਕਿਆਂ ਦੇ ਵਿੱਚ ਵੀ ਲਾਲ ਮਿੱਟੀ ਜਿਹੜੀ ਪਾਈ ਜਾਂਦੀ ਹੈ 10.6% ਤੇ ਹਿੱਸਾ ਇਸ ਮਿੱਟੀ ਦੇ ਵਿੱਚ ਜਿਹੜਾ ਹੈ ਉਹ ਆਇਰਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਨਾਈਟ੍ਰੋਜਨ ਮੈਗਨੀਸ਼ੀਅਮ ਫਾਸਫੇਟ ਇੱਕ ਘਟ ਹੁੰਦੇ ਆ ਆਇਰਨ ਦੀ ਮਾਤਰਾ ਕਰਕੇ ਲੋਹੇ ਦੀ ਮਾਤਰਾ ਕਰਕੇ ਇਹਦਾ ਰੰਗ ਲਾਲ ਹੁੰਦਾ ਹੈ ਇਹ ਮਿੱਟੀ ਜ਼ਿਆਦਾ ਉਪਜਾਊ ਨਹੀਂ ਆ ਪਰ ਇਸ ਮਿੱਟੀ ਦੇ ਵਿੱਚ ਦਾਲਾਂ ਦੀ ਖੇਤੀ ਗੰਨੇ ਦੀ ਖੇਤੀ ਕੀਤੀ ਜਾਂਦੀ ਹੈ ਸਕਰੀਨ ਤੇ ਜਿਸ ਤਰ੍ਹਾਂ ਨਜ਼ਰ ਆ ਰਿਹਾ ਕਿ ਇਹ ਸਟੇਟਾਂ ਆ ਮਹਾਰਾਸ਼ਟਰ ਦਾ ਸਿਰਫ ਦੱਖਣੀ ਹਿੱਸਾ ਸਾਰੇ ਮਹਾਰਾਸ਼ਟਰ ਚ ਨਹੀਂ ਬੇਟਾ ਲਾਲ ਮਿੱਟੀ ਮਹਾਰਾਸ਼ਟਰ ਦੇ ਦੱਖਣੀ ਹਿੱਸੇ ਕਰਨਾਟਕ ਆਂਧਰਾ ਪ੍ਰਦੇਸ਼ ਮੱਧ ਪ੍ਰਦੇਸ਼ ਬਿਹਾਰ ਦਾ ਬੜਾ ਥੋੜਾ ਜਿਹਾ ਇਲਾਕਾ ਜਿਹੜਾ ਹੈ ਉੜੀਸ਼ਾ ਚਾਰਖੰਡ ਪੱਛਮੀ ਬੰਗਾਲ ਇਹਨਾਂ ਇਲਾਕਿਆਂ ਚ ਪਾਈ ਜਾਂਦੀ ਹੈ ਲੱਟ ਰਾਈਟ ਮਿੱਟੀ ਲੇਟਰੀਟ ਦਾ ਮਤਲਬ ਹੁੰਦਾ ਇੱਟ ਵਰਗੀ ਸਖਤ ਇਹ ਮਿੱਟੀ ਸਖਤ ਕਿਉਂ ਹੁੰਦੀ ਹੈ ਕਿਉਂਕਿ ਲਗਾਤਾਰ ਜਿਹੜੀ ਬਾਰਿਸ਼ ਪੈਂਦੀ ਆ ਔਰ ਸੂਰਜ ਦੀ ਤਪਸ਼ ਦੇ ਨਾਲ ਇਹ ਮਿੱਟੀ ਇੱਟ ਵਾਂਗੂ ਸਖਤ ਹੋ ਜਾਂਦੀ ਹੈ। ਸੋ ਇਸ ਮਿੱਟੀ ਵਿੱਚ 90 ਤੋਂ 100% ਆਇਰਨ, ਐਲੂਮੀਨੀਅਮ, ਟੈਟੇਨੀਅਮ ਤੇ ਮੈਗਨੀਜ਼ ਆਕਸਾਈਡ ਜਿਹੜੇ ਹੁੰਦੇ ਹਨ। ਇਹ ਖੇਤੀਯੋਗ ਨਹੀਂ ਹੁੰਦੀ। ਕਿਉਂਕਿ ਸਖਤ ਹੁੰਦੀ ਆ ਇਹਦੇ ਉੱਤੇ ਹਲ ਚਲਾਉਣਾ ਜਿਹੜਾ ਉਹ ਮੁਸ਼ਕਿਲ ਹੁੰਦਾ ਹੈ। ਸੋ ਮੈਂ ਸਟੇਟਰ ਦਾ ਨਾਮ ਬੇਟਾ ਦੱਸ ਦਿੱਤੇ ਆ ਖਾਦਾਂ ਦੀ ਵਰਤੋਂ ਕਰਕੇ ਜਾਂ ਸਿੰਚਾਈ ਸਹੂਲਤਾਂ ਮੁਹੱਈਆ ਕਰਾ ਕੇ ਅਸੀਂ ਇਸ ਮਿੱਟੀ ਦੇ ਉੱਪਰ ਚਾਹ ਕਾਫੀ ਰਬੜ ਨਾਰੀਅਲ ਇੱਕ ਫਸਲਾਂ ਜਿਹੜੀਆਂ ਪੈਦਾ ਕਰ ਸਕਦੇ ਹਾਂ ਅੱਗੇ ਆ ਜਾਂਦਾ ਤੜਾ ਜੰਗਲੀ ਤੇ ਪर्वਤੀ ਮਿੱਟੀ ਜੰਗਲੀ ਤੇ ਪर्वਤੀ ਮਿੱਟੀ ਜਿਸ ਦਾ ਨਾਮ ਤੋਂ ਹੀ ਜ਼ਾਹਿਰ ਹੈ ਕਿ ਇਹ ਪਹਾੜੀ ਇਲਾਕਿਆਂ ਦੇ ਵਿੱਚ ਪर्वਤੀ ਇਲਾਕਿਆਂ ਦੇ ਵਿੱਚ ਪਾਈ ਜਾਂਦੀ ਹੈ ਪਹਾੜੀ ਟਲਾਣਾ ਤੇ ਮਿਲਦੀ ਹੈ ਇਸ ਮਿੱਟੀ ਦੇ ਵਿੱਚ ਬੇਟਾ ਜਿਹੜਾ ਬਾਇਓਟਿਕ ਮਟੀਰੀਅਲ ਹੈ ਜੈਵਿਕ ਮਾਦਾ ਬਹੁਤ ਜ਼ਿਆਦਾ ਹੁੰਦਾ ਹੈ ਉਹਦੇ ਵਿੱਚ ਹਿਊਮਸ ਬੈਕਟੀਰੀਆ ਔਰ ਕਈ ਤਰ੍ਹਾਂ ਦੇ ਜਿਹੜੇ ਹੋਰ ਤੱਤ ਜਿਹੜੇ ਪਾਏ ਜਾਂਦੇ ਹਨ ਇਸ ਮਿੱਟੀ ਚ ਫਾਸਫੋਰਸ ਤੇ ਚੂਨੇ ਦੀ ਕਮੀ ਹੁੰਦੀ ਆ ਫਸਲਾਂ ਪੈਦਾ ਕਰਨ ਲਈ ਖਾਦਾਂ ਦੀ ਜ਼ਰੂਰਤ ਪੈਂਦੀ ਆ ਪਰ ਇਹ ਯਾਦ ਰੱਖਿਓ ਕਿ ਇਸ ਮਿੱਟੀ ਦੇ ਵਿੱਚ ਬੇਟਾ ਚਾਹ ਦੀ ਕਾਫੀ ਦੀ ਖੇਤੀ ਜਿਹੜੀ ਆ ਉਹ ਜ਼ਰੂਰ ਕੀਤੀ ਜਾਂਦੀ ਹੈ। ਇਹ ਮਿੱਟੀ ਆਮ ਤੌਰ ਤੇ ਦੱਖਣ ਭਾਰਤ ਦੇ ਪੂਰਬੀ ਤੇ ਪੱਛਮੀ ਕਟਾਂ ਤੇ ਮਿਲਦੀ ਹੈ। ਡੇਜ਼ਰਟ ਸੋਇਲ ਜਾਂ ਮਾਰੂਥਲੀ ਮਿੱਟੀ। ਇਹ ਮਿੱਟੀ ਦੇਸ਼ ਦੀ ਭੂਮੀ ਦੇ કુલ ਰਕਬੇ ਦਾ 4.3% ਹਿੱਸਾ ਹੀ ਬਣਦੀ ਹੈ। ਇਸ ਮਿੱਟੀ 'ਚ ਪਾਣੀ ਨੂੰ ਸਮਾਉਣ ਦੀ ਸਮਰੱਥਾ ਘੱਟ ਹੁੰਦੀ ਹੈ। ਤੁਸੀਂ ਖੁਦ ਐਕਸਪੈਰੀਮੈਂਟ ਕਰ ਸਕਦੇ ਹੋ ਕਿ ਇੱਕ ਗਮਲੇ ਦੇ ਵਿੱਚ ਚਿਕਣੀ ਮਿੱਟੀ ਪਾ ਦਿਓ ਔਰ ਇੱਕ ਗਮਲੇ 'ਚ ਰੇਤਲੀ ਮਿੱਟੀ ਪਾ ਦਿਓ ਔਰ ਉਹਦੇ ਉੱਪਰ ਜੱਗ ਭਰ ਕੇ ਪਾਣੀ ਦਾ ਅਗਰ ਪਾऊं ਤੇ ਰੇਤਲੀ ਮਿੱਟੀ 'ਚ ਪਾਣੀ ਜਿਹੜਾ ਹੈ ਉਹ ਥੱਲੇ ਜਲਦੀ ਆ ਜਾਏਗਾ ਚਿਕਣੀ ਮਿੱਟੀ ਚ ਪਾਣੀ ਜਿਹੜਾ ਹੈ ਉਹ ਥੱਲੇ ਜਲਦੀ ਨਹੀਂ ਆਏਗਾ। ਸੋ ਇਹ ਪਾਣੀ ਨੂੰ ਰੱਖ ਨਹੀਂ ਸਕਦਾ ਆਪਣੇ ਵਿੱਚ ਸਮਾ ਕੇ। ਇਹ ਮਿੱਟੀ ਆਮ ਤੌਰ ਤੇ ਪੰਜਾਬ ਦੇ ਬਿਲਕੁਲ ਦੱਖਣੀ ਭਾਗ ਜਿਹੜੇ ਹਨ ਕੁਝ ਹਿੱਸੇ ਬਠਿੰਡਾ ਮਾਨਸਾ ਜ਼ਿਲ੍ਹਿਆਂ ਦੇ ਫਾਜ਼ਿਲਕਾ ਦਾ ਕੁਝ ਇਲਾਕਾ ਜਿਹੜਾ ਹੈ ਉਹਦੇ ਵਿੱਚ ਪਾਈ ਜਾਂਦੀ ਹੈ। ਇਸ ਤੋਂ ਇਲਾਵਾ Rajasthan ਖਾਸ ਕਰਕੇ ਪੱਛਮੀ Rajasthan ਦੱਖਣੀ ਹਰਿਆਣਾ ਇਹਨਾਂ ਇਲਾਕਿਆਂ 'ਚ ਪਾਈ ਜਾਂਦੀ ਹੈ। ਇਸ ਮਿੱਟੀ ਵਿੱਚ ਵੀ ਬੇਟਾ ਜੋ ਜਵਾਰ ਬਾਜਰਾ ਮੱਕੀ ਔਰ ਦਾਣਾਂ ਦੀ ਖੇਤੀ ਅਸੀਂ ਕਰਦੇ ਹਾਂ ਮਿੱਟੀ ਦੀਆਂ ਸਮੱਸਿਆਵਾਂ ਕੀ ਆ ਮਿੱਟੀ ਬੜੀ ਤੇਜ਼ੀ ਨਾਲ ਖੁਰਦੀ ਹੈ ਜਦੋਂ ਤੇਜ਼ ਟੋਰੈਂਸ਼ਲ ਰੇਨਫਾਲ ਛੜਾਕੇ ਵਾਲੀ ਬਾਰਿਸ਼ ਪੈਂਦੀ ਹੈ ਉਦੋਂ ਰਸਾਇਣਿਕ ਖਾਦਾਂ ਦੀ ਵਰਤੋਂ ਨਾਲ ਉਹਦੀ ਜਿਹੜੀ ਉਪਜਾਊ ਸ਼ਕਤੀ ਹੈ ਉਹ ਵੀ ਘਟ ਰਹੀ ਹੈ ਮਿੱਟੀ ਰੇਤਲੀ ਹੋ ਰਹੀ ਹੈ ਸੇਮ ਦੀ ਸਮੱਸਿਆ ਜਿਆ ਵਾਟਰ ਲੌਕਿੰਗ ਖਾਸ ਕਰਕੇ ਉਹ ਹਿੱਸਾ ਜਿਹੜਾ ਪੰਜਾਬ ਦੇ ਵਿੱਚ ਮਲੋੜ ਦਾ ਏਰੀਆ ਹੈ ਉੱਥੇ ਸੇਮ ਦਾ ਪ੍ਰੋਬਲਮ ਹੈ ਐਸਿਡਿਕ ਸੋਇਲ ਤੇਜਾਬੀ ਜਾਂ ਖਾਰਾਪਣ ਜਾਂ ਮਿੱਟੀ ਦੀ ਸਮਰੱਥਾ ਤੋਂ ਵੱਧ ਵਰਤੋਂ ਇਹਨੂੰ ਘਟਾਉਣ ਦੀ ਲੋੜ ਹੈ ਤਾਂ ਹੀ ਅਸੀਂ ਮਿੱਟੀਆਂ ਨੂੰ ਆਪਣਾ ਬਚਾ ਸਕਦੇ ਹਾਂ ਪਾਣੀਆਂ ਦੀ ਗੱਲ ਕਰ ਲਈਏ ਸਮਾਂ ਸਾਡੇ ਕੋਲ ਬੜਾ ਘੱਟ ਰਹਿ ਗਿਆ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਪਾਣੀ ਹੈ ਤੇ ਜੀਵਨ ਹੈ ਬਨਸਪਤੀ ਵੀ ਉਹਦੀ وجہ ਨਾਲ ਜੀਵਤ ਹੈ ਪਸ਼ੂ ਔਰ ਪੰਛੀ ਵੀ ਉਹਦੀ وجہ ਨਾਲ ਜੀਵਤ ਹਨ ਤੇ ਅਸੀਂ ਇਨਸਾਨ ਸਾਨੂੰ ਵੀ ਸਾਫ਼ ਪਾਣੀ ਦੀ ਜ਼ਰੂਰਤ ਬਹੁਤ ਜ਼ਿਆਦੀ ਹੈ ਪਾਵੇਂ ਪ੍ਰਿਥਵੀ ਦਾ 71% ਹਿੱਸਾ ਪਾਣੀ ਹੈ ਪਰ 97% ਪਾਣੀ ਜਿਹੜਾ ਹੈ ਉਹ ਸਮੁੰਦਰਾਂ ਚ ਹੈ ਖਾਰਾ ਪਾਣੀ ਹੈ ਉਹ ਪੀਣ ਯੋਗ ਨਹੀਂ ਹੈ ਅਸੀਂ ਸਮੁੰਦਰਾਂ ਦਾ ਪਾਣੀ ਪੀ ਨਹੀਂ ਸਕਦੇ ਨਾ ਅਸੀਂ ਉਹਦੇ ਨਾਲ ਸਿੰਚਾਈ ਕਰ ਸਕਦੇ ਹਾਂ ਨਾ ਹੀ ਅਸੀਂ ਕੱਪੜੇ ਧੋ ਸਕਦੇ ਨਾ ਹੀ ਖਾਣਾ ਬਣਾ ਸਕਦੇ ਸਾਨੂੰ ਜਿਹੜਾ ਪਾਣੀ ਮਿਲਦਾ ਹੈ ਵਰਤਣ ਲਈ ਉਹ ਉਹ ਪਾਣੀ ਹੈ ਜਿਹੜਾ ਜ਼ਮੀਨ ਦੇ ਥੱਲੇ ਹੈ ਜਿਹੜਾ ਸਿਰਫ ਕੁੱਲ ਪਾਣੀ ਦਾ 3% ਤੋਂ ਵੀ ਘੱਟ ਹੈ ਔਰ ਉਸ 3% ਵਿੱਚ ਵੀ ਤੁਸੀਂ ਦੇਖੋ 30% ਗਰਾਊਂਡ ਵਾਟਰ ਹੈ ਧਰਤੀ 'ਤੇ ਇਤਲਾ ਪਾਣੀ ਔਰ 68% ਜਿਹੜਾ ਹੈ ਉਹ ਗਲੇਸ਼ੀਅਰਸ ਦੇ ਉੱਪਰ ਜਾਂ ਜਿਹੜੇ ਨਾਰਥ ਪੋਲ ਸਾਊਥ ਪੋਲ ਦੇ ਵਿੱਚ ਪਿਆ ਹੋਇਆ ਹੈ ਸਰਫੇਸ ਵਾਟਰ ਦਾ ਵੀ ਜਿਹੜਾ ਪਾਣੀ ਹੈ ਉਹ ਅਸੀਂ ਵਰਤਦੇ ਹਾਂ ਜ਼ਿਆਦਾ ਨਦੀਆਂ ਦਾ ਪਾਣੀ ਵੀ ਸਾਰਾ ਪੀਣ ਯੋਗ ਨਹੀਂ ਰਿਹਾ ਨਦੀਆਂ ਵੀ ਪ੍ਰਦੂਸ਼ਿਤ ਹੋ ਚੁੱਕੀਆਂ ਸਾਡੀਆਂ ਸੋ ਤੁਸੀਂ ਦੇਖੋ ਪਿੰਡਾਂ ਤੇ ਸ਼ਹਿਰਾਂ ਨੂੰ ਪਾਣੀ ਦੀ ਸਪਲਾਈ ਦੀ કુલ ਵਰਤੋਂ ਦਾ 3.73% ਸਿਰਫ ਉਦਯੋਗ ਤੇ ਬਿਜਲੀ ਪੈਦਾ ਕਰਨ ਲਈ ਅਸੀਂ ਆਲਮੋਸਟ 1.26% ਪਾਣੀ ਦੀ ਵਰਤੋਂ ਕਰਦੇ ਹਾਂ ਪਸ਼ੂਆਂ ਲਈ 1.08% ਹੋਰ ਕਿਸੇ ਵੀ ਵਰਤੋਂ ਲਈ ਸਿਰਫ ਅੱਧੇ ਪ੍ਰਤੀਸ਼ਤ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਪਾਣੀ ਬਹੁਤ ਜ਼ਰੂਰੀ ਹੈ ਸਕੂਲ 'ਚ ਜੇ ਕੋਈ ਟੁੱਟੀ ਚੱਲਦੀ ਪਈ ਆ ਘਰ ਦੇ ਵਿੱਚ ਅਗਰ ਕੋਈ ਟੁੱਟੀ ਚੱਲਦੀ ਪਈ ਫालतू ਨੂੰ ਬੰਦ ਕਰ ਦਿਓ ਪਾਣੀ ਬਚਾਉਣਾ ਬਹੁਤ ਜ਼ਰੂਰੀ ਹੈ ਪਾਣੀ ਨਹੀਂ ਰਹੇਗਾ ਤੇ ਅਸੀਂ ਜੀਵਿਤ ਨਹੀਂ ਰਹਿ ਸਕਦੇ ਬੇਟਾ ਪਾਣੀ ਦੇ ਸੂਮੇ ਮੁੱਖ ਕਿਹੜੇ-ਕਿਹੜੇ ਆ ਵਰਖਾ ਦਰਿਆ ਤੇ ਨਦੀਆਂ ਨਹਿਰਾ ਤਲਾਬ ਤੇ ਤਰਤੀ ਇਹਿਟਲਾ ਪਾਣੀ ਦਰਿਆ ਜਿਹੜੇ ਹਨ ਕੁਦਰਤੀ ਆ ਦਰਿਆ ਜਾਂ ਨਦੀਆਂ ਇੱਕੀ ਗੱਲ ਹੈ ਇਹ ਦੋ ਤਰ੍ਹਾਂ ਦੇ ਆ ਇੱਕ ਤੇ ਜਿਹੜੇ ਹਿਮਾਲਿਆ ਤੋਂ ਆਉਣ ਵਾਲੇ ਦਰਿਆ ਆ ਜਿਹੜੇ ਸਾਰਾ ਸਾਲ ਪਾਣੀ ਨਾਲ ਭਰੇ ਰਹਿੰਦੇ ਕਿਉਂਕਿ ਗਲੇਸ਼ੀਅਰ ਪਿਗਲਣ ਨਾਲ ਉਹਨਾਂ 'ਚ ਪਾਣੀ ਆਉਂਦਾ ਦੂਸਰੇ ਦੱਖਣੀ ਭਾਰਤੀ ਦਰਿਆ ਜਿਨ੍ਹਾਂ 'ਚ ਸਿਰਫ ਬਰਸਾਤਾਂ 'ਚ ਪਾਣੀ ਆਉਂਦਾ ਇਹਨਾਂ ਨੂੰ ਅਸੀਂ ਸੀਜ਼ਨਲ ਰਿਵਰਸ ਵੀ ਕਹਿੰਦੇ ਹਾਂ ਜਾਂ ਮੌਸਮੀ ਨਦੀਆਂ ਵੀ ਕਹਿੰਦੇ ਹਾਂ ਨਹਿਰਾਂ ਤੇ ਨਦੀਆਂ 'ਚ ਫਰਕ ਹੁੰਦਾ ਨਹਿਰਾ ਮਨੁੱਖ ਨਿਰਮਿਤ ਹੁੰਦੀਆਂ ਬ੍ਰਿਡੈਂਸਾਂ ਨੇ ਬਣਾਈਆਂ ਖੋਦ ਕੇ ਔਰ ਨਹਿਰਾਂ ਦਾ ਜਿਹੜੀ ਵਰਤੋਂ ਹੈ ਆਮ ਤੌਰ ਤੇ ਸਿੰਚਾਈ ਲਈ ਕੀਤੀ ਜਾਂਦੀ ਹੈ। ਤਲਾਬ ਆਮ ਤੌਰ ਤੇ ਦੱਖਣ ਭਾਰਤ 'ਚ ਹੈ। ਤੁਸੀਂ ਤਮਿਲਨਾਡੂ ਔਰ ਕਰਨਾਟਕਾ ਦੇ ਖੇਤਰ ਜਾਓਗੇ ਉੱਥੇ ਤੁਹਾਨੂੰ ਜਿਹੜੇ ਹੈ ਉਹ ਤਲਾਬ ਮਿਲਣਗੇ। ਇਹ ਕੀ ਹੈ ਕਿ بارش ਦਾ ਪਾਣੀ ਇਕੱਠਾ ਕੀਤਾ ਹੁੰਦਾ ਹੈ। ਜੇ ਇਸ ਸਾਲ بارش ਨਹੀਂ ਆਉਂਦੀ ਜਾਂ ਘਟ ਜਾਂਦੀ ਹੈ ਉਸ ਸਾਲ ਇਹਨਾਂ ਤਲਾਬਾਂ ਦੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਪਿਛਲੇ 3-4 ਸਾਲ ਤੋਂ ਸਾਡੇ ਭਾਰਤ ਦੇ ਵਿੱਚ بارش ਘਟ ਪੈ ਰਹੀ ਹੈ। ਜੀਦੀ ਵਜ੍ਹਾ ਨਾਲ ਜਿਹੜੇ ਤਲਾਬ ਉਹ ਸੁੱਕੇ ਪਏ ਆ ਦਰਿਆ ਦੱਖਣ ਭਾਰਤ ਦੇ ਖਾਸ ਕਰਕੇ ਸੁੱਕੇ ਆ ਉਮੀਦ ਆ ਕਿ ਇਸ ਸਾਲ بارش ਜਿਹੜੀ ਆ ਉਹ ਚੰਗੀ ਪਏਗੀ ਧਰਤੀ ਹੇਠਲਾ ਪਾਣੀ ਅਸੀਂ ਕੱਢੀ ਜਾ ਰਹੇ ਹਾਂ ਪਰ ਉਹਦਾ ਜਿਹੜਾ ਰੀਜੂਵਿਨੇਸ਼ਨ ਆ ਪਾਣੀ ਜਿਹੜਾ ਹੈ ਗਰਾਊਂਡ ਵਾਟਰ ਐਕੋਫਰਸ ਉਹ ਰੀਚਾਰਜ ਘਟ ਹੋ ਰਿਹਾ ਜਿਦੀ ਵਜ੍ਹਾ ਨਾਲ ਸਾਡਾ ਪਾਣੀ ਦਿਨ ਬਦਨ ਥੱਲੇ ਥੱਲੇ ਔਰ ਹੋਰ ਥੱਲੇ ਜਾ ਰਿਹਾ ਹੈ ਪਾਣੀ ਨੂੰ ਸੰਭਾਲਣਾ ਬੜਾ ਜ਼ਰੂਰੀ ਜਿਸ ਤਰ੍ਹਾਂ ਮੈਂ ਅੱਗੇ ਵੀ ਦੱਸਿਆ ਵਰਖਾ ਦੇ ਪਾਣੀ ਨੂੰ ਵੀ ਇਕੱਠਾ ਕਰਨਾ ਜ਼ਰੂਰੀ ਹੈ ਗਰਾਊਂਡ ਵਾਟਰ ਨੂੰ ਖਾਲੀ ਪਏ ਖੂਹਾਂ ਦੇ ਜ਼ਰੀਏ ਰੀਚਾਰਜ ਕਰਨਾ ਵੀ ਬੜਾ ਜ਼ਰੂਰੀ ਹੈ ਠੀਕ ਹੈ ਔਰ ਸੀਵਰੇਜ ਦਾ ਪਾਣੀ ਵੀ ਸਾਫ਼ ਕਰਕੇ ਜਿਹੜਾ ਹੈ ਅ ਅਸੀਂ ਉਹ ਸਿੰਚਾਈ ਵਾਸਤੇ ਵਰਤ ਸਕਦੇ ਹਾਂ ਕੁਦਰਤੀ ਬਨਸਪਤੀ ਜਿਹੜੀ ਕੁਦਰਤ ਵੱਲੋਂ ਸਾਨੂੰ ਮਿਲੀ ਹੈ ਇਹਦੇ ਵਿੱਚ ਸਦਾਬਹਾਰ ਜੰਗਲ ਪਾਚੜੀ ਮਾਰੂਥਲੀਆਂ ਖੁਸ਼ ਪਰਬਤੀ ਜੰਗਲ ਤੇ ਡੈਲਟਾਈ ਜੰਗਲ ਹੈ ਸਮਾ ਥੋੜਾ ਕੱਟਾ ਹੈ ਇੱਕ ਗੱਲ ਮੈਂ ਸਾਰੇ ਆਪਣੇ ਅਧਿਆਪਕ ਸਾਥੀਆਂ ਔਰ ਬੱਚਿਆਂ ਨੂੰ ਜ਼ਰੂਰ ਕਹਿਣੀ ਹੈ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਗੱਲ ਕਰਾਂ ਕਿ ਇੱਕ ਵਧੀਆ ਐਟਲਸ ਆਕਸਫੋਰਡ ਦਾ ਜਾਂ ओरिएंटਲ ਲੌਂਗਮੈਨ ਦਾ ਬਾਜ਼ਾਰ ਦੇ ਵਿੱਚ ਮੇਰੇ ਖਲ 150 ਜਾਂ 160 70 ਰੁਪਏ ਦਾ ਮਿਲਦਾ ਹੈ ਉਹ ਤੁਹਾਡੇ ਕੋਲ ਹੋਣਾ ਬੜਾ ਜ਼ਰੂਰੀ ਹੈ ਬੇਟਾ ਘਟੋ ਘਟ ਮੇਰੇ ਮਾਨਯੋਗ ਅਧਿਆਪਕ ਸਾਥੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਐਟਲਸ ਆਪਣੇ ਬੈਗ ਦੇ ਵਿੱਚ ਜ਼ਰੂਰ ਰੱਖੋ ਔਰ ਸਕੂਲਾਂ 'ਚ ਜਿਹੜੇ ਨਕਸ਼ੇ ਬਣੇ ਆ ਉਹ ਵੀ ਪੇਂਟਰ ਕੋਲੋਂ ਨਾ ਬਣਵਾ ਕੇ ਅੱਜ ਕੱਲ ਟੈਕਨੋਲੋਜੀ ਚੇਂਜ ਹੋ ਗਈ ਆ ਉਹਦੀ ਫਲੈਕਸ ਬਣਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਫਲੈਕਸ ਨਾਲ ਜਿਹੜੇ ਨਕਸ਼ੇ ਆ ਉਹ ਐਕੂਰੇਟ ਆਉਂਦੇ ਆ ਪੇਂਟਰ ਜਿਓਗ੍ਰਾਫਰ ਨਹੀਂ ਹੁੰਦੇ ਔਰ ਇਹ ਸਾਰੇ ਜਿਹੜੇ ਨਕਸ਼ੇ ਆ ਉਹ ਸਰਕਾਰੀ ਵੈਬਸਾਈਟਾਂ ਤੋਂ ਸਰਵੇ ਆਫ ਇੰਡੀਆ ਦੀ ਵੈਬਸਾਈਟ ਹੋਗੀ ਸੈਂਸਸ ਆਫ ਇੰਡੀਆ ਦੀ ਪੰਜਾਬ ਸਰਕਾਰ ਦਾ ਸਟੈਟਿਸਟਿਕਲ ਐਬਸਟ੍ਰੈਕਟੋਂ ਤੋਂ ਮਿਲਦੇ ਆ ਉਹ ਨਕਸ਼ਿਆਂ ਦੀ ਵੱਡੀ ਫਲੈਕਸ 10 ਫੁੱਟ 10x10 ਦੀ ਬਣਾ ਕੇ ਸਕੂਲਾਂ 'ਚ ਲਾਓ ਸਦਾ ਬਹਾਰ ਜੰਗਲ ਸਾਰਾ ਸਾਲ ਹਰੇ ਰਹਿੰਦੇ ਆ ਇਹ ਉਹਨਾਂ ਖੇਤਰਾਂ 'ਚ ਪਾਏ ਜਾਂਦੇ ਜਿੱਥੇ ਵਰਖਾ ਜਿਹੜੀ 200 ਸੈਂਟੀਮੀਟਰ ਤੋਂ ਜ਼ਿਆਦਾ ਹੁੰਦੀ ਆ ਸਾਲਾਨਾ ਔਰ ਗਰਮੀ ਜ਼ਿਆਦਾ ਪੈਂਦੀ ਆ ਆਮ ਤੌਰ ਤੇ ਪੱਛਮੀ ਤੱਟ ਬੰਗਾਲ ਅਸਾਮ ਦੇ ਉੱਤਰ ਪੂਰਬ ਹਿਮਾਲਿਆ ਦੀਆਂ ਢਲਾਣਾਾਂ ਦੇ ਉੱਪਰ ਟੀਕ ਰੋਸਵੁੱਡ ਇਹ ਐਬੋਨੀ ਨਿੰਮ ਇਮਲੀ ਅਦਰਕ ਜਿਹੜੇ ਆ ਉਹ ਇਹਦੀਆਂ ਉਦਾਹਰਨਾਂ ਹੈ ਜਿੰਨਾ ਵੀ ਸਾਡੇ ਕੋਲ ਟੌਪਿਕ ਡਿਸਕਸ ਹੋ ਸਕੇ ਆਪਾਂ ਅਗਲੇ 2 ਮਿੰਟਾਂ 'ਚ ਕਰਾਂਗੇ ਪੱਛੜੀ ਜੰਗਲ ਜਿੱਦਾਂ ਮੈਂ ਦੱਸਿਆ ਭਾਰਤ ਦੇ ਜ਼ਿਆਦਾ ਇਸੇ ਤੇ ਡੈਸੀਡਿਊਸ ਫੋਰੈਸਟ ਜਾਂ ਪੱਛੜੀ ਜੰਗਲ ਪਾਏ ਜਾਂਦੇ ਇਹੋ ਜੰਗਲ ਹੁੰਦੇ ਆ ਜਿਹੜੇ ਕਿ ਗਰਮੀਆਂ ਦਿਨਾਂ ਚ ਆਪਣੇ ਪੱਤੇ ਝਾੜ ਜਾਂਦੇ ਆ ਆਮ ਤੌਰ ਤੇ ਦੱਖਣ ਭਾਰਤ ਚ ਇਸ ਤਰ੍ਹਾਂ ਦੀ ਬਨਸਪਤੀ ਮਿਲਦੀ ਆ ਇਹਦੇ ਵਿੱਚ ਸਾਲ ਟੀਕ ਬਾਸ ਟਾਲੀ ਖੈਰ ਇਹ ਲੱਕੜ ਹੁੰਦੀ ਹੈ ਮਾਰੂਥਲੀ ਜੰਗਲ ਨਾਮ ਤੋਂ ਜ਼ਾਹਿਰ ਆ ਬੇਟਾ ਉਹਨਾਂ ਖੇਤਰਾ ਵਿੱਚ ਆ ਜਿੱਥੇ ਬਾਰਿਸ਼ ਬਿਲਕੁਲ ਨਹੀਂ ਮਿਲਦੀ ਔਰ ਸਿਰਫ ਰੇਤਲੀ ਮਿੱਟੀ ਹੁੰਦੀ ਆ ਰਾਜਸਥਾਨ ਉੱਤਰੀ ਗੁਜਰਾਤ ਹਰਿਆਣਾ ਦੇ ਕੋਸ਼ਿਸ਼ਾਂ ਚ ਇਹਦੇ ਵਿੱਚ ਕੈਕਟਸ ਜਾਂ ਕੰਡਿਆਲੀਆਂ ਝਾੜੀਆਂ ਖਜੂਰ ਇਹ ਦਰਖਤ ਹੁੰਦੇ ਆ ਜ਼ਿਆਦਾ ਪਰਵਤੀ ਜੰਗਲਾਂ ਦੇ ਵਿੱਚ ਜਿਹੜੇ ਪਰਬਤਾਂ ਤੇ ਜੰਗਲ ਪਾਏ ਜਾਂਦੇ ਆ ਪਸ਼ਾਨ ਤੋਂ ਲੈ ਕੇ ਕਸ਼ਮੀਰ ਤੱਕ ਇੱਥੇ ਮਹਿੰਗੀ ਤੇ ਵਧੀਆ ਕਿਸਮ ਦੀ ਲੱਕੜ ਮਿਲਦੀ ਆ ਖਾਸ ਕਰਕੇ ਹਾਇਰ ਰੀਚਸ ਦੇ ਉੱਪਰ ਉਚਾਈ ਦੇ ਉੱਪਰ ਚੀਦ ਫਰ دیਵਦਾਰ ਓਕ ਅਖਰੋਟ ਮੈਪਲ ਪੌਪਲਰ ਇਹ ਲੱਕੜਾਂ ਸਾਨੂੰ ਮਿਲਦੀਆਂ ਹਨ ਇਸ ਤੋਂ ਇਲਾਵਾ ਫਲ ਵੀ ਤੁਹਾਨੂੰ ਪਤਾ ਹੈ ਕਿ ਸੇ ਬਦਾਮ ਅਖਰੋਟ ਆਲੂ ਬਖਾਰਾ ਇਹ ਸਾਰੀਆਂ ਜਿਹੜੀਆਂ ਫਾਲ ਹੈ ਸਾਨੂੰ ਮਿਲਦੇ ਹਨ ਔਰ ਪਰਪਤੀ ਲੱਕੜਾਂ ਦੀ ਵਰਤੋਂ ਬੇਟਾ ਇਮਾਰਤਾਂ ਬਣਾਉਣ ਦੇ ਵਿੱਚ ਰੇਲ ਗੱਡੀ ਦੇ ਡੱਬਿਆਂ ਦੇ ਵਿੱਚ ਮਾਚਿਸ ਬਣਾਉਣ ਚ ਫਰਨੀਚਰ ਚ ਵਰਤੋਂ ਕੀਤੀ ਜਾਂਦੀ ਹਾਲਾਂਕਿ ਅੱਜ ਕੱਲ ਆਰਟੀਫੀਸ਼ੀਅਲ ਲੱਕੜ ਜਿਹੜੀ ਆ ਉਹ ਆ ਗਈ ਹੈ ਤੇ ਕਿਉਂਕਿ ਕੁਦਰਤੀ ਲੱਕੜ ਜਿਹੜੀ ਹੈ ਉਹਨੂੰ ਵਰਤਨ ਦੇ ਵਿੱਚ ਹੌਲੀ ਹੌਲੀ ਸਰਕਾਰ ਜਿਹੜੀ ਉਹ ਕੋਸ਼ਿਸ਼ ਕਰਦੀ ਕਿ ਘਟਾਇਆ ਜਾਵੇ ਡੈਲਟਾ ਜੰਗਲ ਡੈਲਟਾ ਚ ਪਾਇਆ ਜਾਂਦੇ ਆ ਜਿੱਥੇ ਕਿ ਜਿਵੇਂ ਸੁੰਦਰਬਨ ਡੈਲਟਾ ਹੈ ਪੱਛਮੀ ਬੰਗਾਲ ਦਾ ਖਿੱਤਾ ਇਹਦੇ ਵਿੱਚ ਆਮ ਤੌਰ ਤੇ ਸੁੰਦਰੀ ਟਰੀ ਹੈ ਸੁੰਦਰੀ ਦਰਖਤ ਹੈ ਇਹ ਸਾਰੇ ਮੈਨਗਰੂ ਫੋਰੈਸਟ ਹੁੰਦੇ ਆ ਜਿਹੜੇ ਕਿ ਸਮੁੰਦਰ ਦੇ ਖਾਰੇ ਪਾਣੀ ਨੂੰ ਆਪਣੇ ਵਿੱਚ ਸਮਾ ਸਕਦੇ ਆ ਇਸ ਕਰਕੇ ਉਹਦਾ ਨਾਮ ਸੁੰਦਰਬਨ ਡੈਲਟਾ ਪਿਆ ਵਾ ਸੋ ਲਾਸਟ ਆਪਾਂ ਡਿਸਕਸ ਕਰ ਲਿਆ ਕਿ ਕੁਦਰਤੀ ਬਨਸਪਤੀ ਦੇ ਲਾਭ ਕੀ ਆ ਕੁਦਰਤੀ ਬਨਸਪਤੀ ਸਾਡੀਆਂ ਬੜੀਆਂ ਲੋੜਾਂ ਪੂਰੀਆਂ ਕਰਦੀ ਆ ਬਾਲਣ ਇਮਾਰਤੀ ਲੱਕੜੀ ਤੋਂ ਇਲਾਵਾ ਕਾਗਜ਼ ਬਣਾਉਣ ਲਈ ਲੱਕੜ ਗੂੰਦ ਬਰੋਜ਼ਾ ਤਾਰਪੇਨ ਸੋ ਅੱਜ ਦਾ ਜਿਹੜਾ ਟੌਪਿਕ ਹੈ ਉਮੀਦ ਹੈ ਕਿ ਤੁਹਾਨੂੰ ਸਾਰੇ ਬੱਚਿਆਂ ਨੂੰ ਔਰ ਅਧਿਆਪਕ ਸਾਥੀਆਂ ਨੂੰ ਪਸੰਦ ਆਇਆ ਹੋਵੇਗਾ ਆਪਣੇ ਸੁਝਾਅ ਜ਼ਰੂਰ ਭੇਜਿਓ ਸੋ ਮੇਰੇ ਵੱਲੋਂ ਸਾਰੇ ਅਧਿਆਪਕ ਸਾਥੀਆਂ ਤੇ ਬੱਚਿਆਂ ਨੂੰ ਬਹੁਤ ਪਿਆਰ ਭਰਿਆ ਸ਼ਾਸਟ੍ਰੀਕਾਲ ਧੰਨਵਾਦ